ਹਾਂਜੀ ਬਈ, ਕੀ ਹਾਲ ਚਾਲ ਨੇ ਸਭ ਦੇ? ਅਤੇ ਇਹ ਯਾਰ ਆਪਣੀ ਪਹਿਲੀ ਵੀਡੀਓ, ਕੋਸ਼ਿਸ਼ ਹੀ ਕਰ ਰਹੇ ਆਪਾਂ ਕੁਛ ਲਿਖਣ ਦੀ। ਅਤੇ ਜਿਸ ਤਰ੍ਹਾਂ ਮੈਂ ਥੋੜ੍ਹਾ ਜਿਹਾ ਕੁਛ ਸੰਜੀਦਾ ਲਿਖਣਾ ਚਾਹਿਆ, ਜਿਵੇਂ ਹੁਣ ਅੱਜ ਕੱਲ੍ਹ ਜਿਹੜਾ ਸ਼ੋਰ ਪੈ ਰਿਹਾ, ਅਤੇ ਜਿਹੜੇ ਕੁਛ ਸੂਝਵਾਨ ਲੋਕ ਆ ਉਹ ਇਸ ਚੀਜ਼ ਨੂੰ ਮਿਸ ਕਰਦੇ ਆ ਕਿ ਯਾਰ ਕੁਛ ਚੰਗਾ ਨਹੀਂ ਆ ਰਿਹਾ, ਹੈ ਨਾ, ਜਿਸ ਤਰ੍ਹਾਂ ਗੀਤਾਂ ਗਾਣਿਆਂ ਦੇ ਵਿੱਚ। ਅਤੇ ਉਸ ਚੀਜ਼ ਨੂੰ ਲੈ ਕੇ ਮੈਂ ਥੋੜ੍ਹਾ ਲਿਖਿਆ। ਜੇ ਤੁਹਾਨੂੰ ਪਸੰਦ ਲੱਗਿਆ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ, ਠੀਕ ਹੈ? ਅਤੇ ਪਰ ਸੁਣ ਲਿਓ ਪਹਿਲਾਂ, ਅੱਛਾ, ਠੀਕ ਹੈ। ਸਮਝ ਨਹੀਂ ਪੈ ਰਹੀ ਇਹ ਕੀ ਹੋ ਰਿਹਾ ਏ, ਕਿਸ ਤਰ੍ਹਾਂ ਦੇ ਮਾਹੌਲ ਵਿੱਚ ਜੀ ਹੋ ਰਿਹਾ ਏ। ਮਨਾਂ ਦੇ ਵਿੱਚ ਬਹੁਤ ਕੁਝ ਸੀ ਸੀ ਹੋ ਰਿਹਾ ਏ, ਪਰ ਮੂੰਹੋਂ ਨਾ ਕਹਿਣਾ ਕਿ ਇਹ ਕੀ ਹੋ ਰਿਹਾ ਏ। ਇੱਥੇ ਆਵਾਜ਼ ਮੱਧਮ ਹੈ ਅਤੇ ਸ਼ੋਰ ਬਹੁਤ ਹੈ, ਸੱਚ ਸੁਣਨ ਤੋਂ ਬਿਨਾਂ ਕੁਝ ਹੋਰ ਬਹੁਤ ਹੈ। ਇੱਥੇ ਕਲਮ ਗੂੰਗੀ ਹੈ ਅਤੇ ਲਫ਼ਜ਼ ਬਹਿਰੇ ਨੇ, ਸੱਚ ਅਤੇ ਝੂਠ ਦੇ ਦਿਨ ਰਾਤ ਪਹਿਰੇ ਨੇ। ਇੱਥੇ ਜ਼ਖਮ ਦਿਲਾਂ ਦੇ ਉਮਰਾਂ ਤੋਂ ਗਹਿਰੇ ਨੇ, ਜੋ ਪੀਂਘ ਸੌਣ ਦੀ ਦੇ ਦਰਦ ਦੁਪਹਿਰੇ ਨੇ। ਜਿੱਦਾਂ ਸੌਣ ਦੀਆਂ ਪੀਂਘਾਂ ਅੱਜ ਦੁਪਹਿਰਾਂ ਨੂੰ ਚੀਕਾਂ ਮਾਰਦੀਆਂ ਰੋਹੀ ਬੀਆਮਾਨਾਂ ਦੇ ਵਿੱਚ। ਇੱਥੇ ਖੁਆਬਾਂ ਵਿੱਚ ਸਿਰਫ ਖੁਆਬ ਦੇਖੇ ਜਾ ਰਹੇ ਨੇ, ਇੱਥੇ ਖੂਨ ਪਸੀਨੇ ਸਿਰਫ ਵੇਚੇ ਜਾ ਰਹੇ ਨੇ। ਇੱਥੇ ਕਲਮ ਰੁਕ ਗਈ ਦਰਦ ਨੂੰ ਵਾਹੁੰਦਿਆਂ, ਇੱਥੇ ਰਾਗ ਮੁੱਕ ਗਏ ਤੜਪ ਨੂੰ ਗਾਉਂਦਿਆਂ। ਇੱਥੇ ਜ਼ਿੰਦਗੀ ਵੀ ਇੱਕ ਅਜਬ ਫਤੂਰ ਹੈ, ਪੱਲੇ ਕੁਝ ਨਾ ਹੁੰਦੇ ਆ, ਬਸ ਸਿਰਫ ਇੱਕ ਗਰੂਰ ਹੈ। ਅਤੇ ਸੋਚਦਾ ਹਾਂ ਕਿ ਇਹ ਕਿਸ ਦਾ ਕਸੂਰ ਹੈ, ਇਹ ਜ਼ਖਮ ਹੈ ਅੱਜ ਲਈ ਅਤੇ ਸ਼ਾਇਦ ਕੱਲ੍ਹ ਲਈ ਨਸੂਰ ਹੈ। ਢਿੱਲੋਂ ਲਿਖ ਰਿਹਾ ਇਹ ਸੱਚ, ਦਿਲ ਤੋਂ ਜੋ ਮਜਬੂਰ ਹੈ। ਇੱਥੇ ਜ਼ਿੰਦਗੀ ਸਟੇਟਸ ਹੈ ਜੋ ਪਾਈ ਜਾ ਰਹੀ ਹੈ, ਇਹ ਹਕੀਕਤ ਨਹੀਂ ਜੋ ਗਾਈ ਜਾ ਰਹੀ ਹੈ। ਇਹ ਸਾਡੇ ਅਤੀਤ ਨੂੰ ਭੁਲਾਈ ਜਾ ਰਹੀ ਹੈ ਅਤੇ ਖੂਹ ਦੇ ਵਿੱਚ ਸਾਡੀ ਕਮਾਈ ਜਾ ਰਹੀ ਹੈ। ਲਿਖਣਾ ਡਾਢਾ ਔਖਾ ਹੈ ਅਤੇ ਔਖੇ ਦਰਦ ਕਮਾਉਣੇ ਨੇ, ਇੱਕ ਹੋ ਗਏ ਜੋ ਲਾਲ ਮੁੜਨਾ ਥਿਆਉਣੇ ਨੇ, ਢਿੱਲੋਂ ਵਰਗੇ ਕਿੰਨੇ ਆ ਗਏ ਅਤੇ ਖੋਰੇ ਕਿੰਨੇ ਆਉਣੇ ਨੇ। ਟਾਈਮ ਸਭ ਦਾ ਆਉਂਦਾ ਜਾਂਦਾ ਮਿੱਤਰੋ, ਪਰ ਚੰਗਾ ਲਿਖੋ, ਚੰਗਾ ਗਾਓ ਅਤੇ ਚੰਗਾ ਸੁਣੋ, ਅਤੇ ਵਧੀਆ ਚੀਜ਼ ਨੂੰ ਪ੍ਰਮੋਟ ਕਰਿਆ ਕਰੋ, ਨਹੀਂ ਗੰਦ ਤਾਂ ਫਿਰ ਚੱਲੀ ਜਾਂਦਾ। ਪੁਰਾਣੇ ਦੌਰਾਂ 'ਚ ਵੀ ਚੱਲਦਾ ਰਿਹਾ, ਹੁਣ ਵੀ ਚੱਲੇਗਾ, ਚੱਲਦਾ ਵੀ ਰਹਿਣਾ। ਓਕੇ, ਧੰਨਵਾਦ।